ਦੇਖੋ ਜੀ, ਬਹੁਤ ਹੀ ਵਧੀਆ ਸੰਗਤ ਦਾ ਪਿਆਰ ਮਿਲ ਰਿਹਾ, ਬਹੁਤ ਸੰਗਤ ਦਾ ਹੰਗਾਰਾ ਮਿਲ ਰਿਹਾ। ਬਾਕੀ ਸੰਗਤ ਆਪਣਾ ਫਰਜ਼ ਸਮਝ ਕੇ ਆਪਣਾ ਕੰਮ ਕਰ ਰਹੀ ਹੈ, ਸਾਰਾ ਆਪਣੇ ਫਰਜ਼ ਸਮਝਦੀ ਸੰਗਤ। ਅੱਛਾ, ਜਦੋਂ ਸ਼ੁਰੂਆਤ ਹੋਈ ਸੀ, ਜਿੱਦਾਂ ਪਹਿਲਾਂ ਚੋਣਾਂ ਤੋਂ ਪਹਿਲਾਂ ਗੱਲ ਹੁੰਦੀ ਸੀਗੀ ਕਿ ਰਿਸਪੌਂਸ ਨਹੀਂ ਸੀਗਾ, ਜਾਂ ਪਰਿਵਾਰ ਪਹਿਲਾਂ ਕਹਿੰਦੇ ਸੀਗੇ ਕਿ ਸ਼ਾਇਦ ਐਗਰੀ ਨਹੀਂ ਹੈਗੇ ਆਪਾਂ ਚੋਣਾਂ ਲੜਨ ਨੂੰ, ਹੁਣ ਜੇਕਰ ਸ਼ੁਰੂਆਤ ਕੀਤੀ ਗਈ ਹੈਗੀ ਆ, ਤੁਸੀਂ ਹਾਮੀ ਭਰੀ ਆ, ਤੇ ਸੰਗਤ ਦਾ ਕੀ ਲੱਗਦਾ ਕਿ ਉਸ ਤੁਹਾਡੀ ਗੱਲ ਦੇ ਉੱਤੇ ਮੋਹਰ ਲੱਗਦੀ ਹੋਈ? ਵੇਖੋ ਕਿ ਪਹਿਲਾਂ ਵੀ ਇਹ ਸੰਗਤ ਹੀ ਬਹੁਤ ਆਣ ਕੇ ਸਾਨੂੰ ਬੇਨਤੀਆਂ ਕਰਦੀ ਸੀ, ਪਰ ਅੰਮ੍ਰਿਤਪਾਲ ਸਿੰਘ ਮੰਨਦੇ ਨਹੀਂ ਸੀ ਰਾਜਨੀਤੀ 'ਚ ਆਉਣ। ਇਹ ਸੰਗਤ ਨੇ ਬਹੁਤ ਜ਼ਿਆਦਾ ਮਤਲਬ ਕਿ ਇੱਥੇ ਆਣ ਕੇ ਬੇਨਤੀਆਂ ਕੀਤੀਆਂ, ਫਿਰ ਉਹਨਾਂ ਨੇ ਕਿਹਾ ਵੀ ਮੈਂ ਸੰਗਤ ਦੀ ਸੇਵਾ ਕਰਨੀ ਹੈ, ਜੇ ਸੰਗਤ ਦਾ ਹੁਕਮ ਹੈ ਤਾਂ ਸਿਰ ਮੱਥੇ ਮੈਂ ਮੰਨਦਾ। ਸੰਗਤ ਦਾ ਹੀ ਇਹ ਫੈਸਲਾ ਸੀ, ਉਹਨਾਂ ਨੇ ਮੰਨਿਆ, ਸੰਗਤ ਹੀ ਆਪਣਾ ਸਾਰਾ ਫਰਜ਼ ਸਮਝ ਕੇ ਹੁਣ ਕੰਮ ਕਰ ਰਹੀ ਹੈ। ਪਤਾ ਜੀ ਕੀ ਲੱਗਦਾ, ਥੋੜ੍ਹੀ ਜਿਹੀ ਹਾਲੇ ਸ਼ੁਰੂਆਤ ਹੋਈ ਆ, ਹਫ਼ਤਾ ਵੀ ਨਹੀਂ ਹੋਇਆ ਹੈਗਾ ਚੋਣ ਪ੍ਰਚਾਰ ਨੂੰ, ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਬਕਾਇਦਾ ਨਿਊਜ਼ 18 ਦੇ ਮੰਚ ਦੇ ਉੱਤੇ ਕਿਹਾ ਹੈਗਾ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਵਿੱਚ ਜੇਕਰ ਕੁਲਬੀਰ ਸਿੰਘ ਜੀਰਾ ਦਾ ਕਿਸੇ ਨਾਲ ਮੁਕਾਬਲਾ ਹੈਗਾ ਤੇ ਜੇਲ੍ਹ ਦੇ ਅੰਦਰ ਬੈਠੇ ਕਿਸੇ ਵਿਅਕਤੀ ਨਾਲ ਹੈਗਾ, ਕਹਿਣ ਦਾ ਭਾਵ ਹੈ ਕਿ ਇੱਕ ਨੈਸ਼ਨਲ ਪਾਰਟੀ ਨੇ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਪਾਰਟੀ ਔਰ ਆਜ਼ਾਦ ਉਮੀਦਵਾਰ ਜਿਹੜੇ ਹੁਣ ਹਫ਼ਤਾ ਪਹਿਲਾਂ ਐਲਾਨ ਕਰਦੇ ਨੇ, ਔਰ ਇਸ ਤਰ੍ਹਾਂ ਕਾਂਗਰਸ ਪਾਰਟੀ ਨੂੰ ਲੱਗਦਾ ਹੈਗਾ ਕਿ ਸਾਡਾ ਜਿਹੜਾ ਮੁਕਾਬਲਾ ਮੁੱਖ ਤੁਹਾਡੇ ਨਾਲ ਹੀ ਹੈਗਾ ਵਾ, ਇਹ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਹੈਗਾ ਜੇਲ੍ਹ ਦੇ ਅੰਦਰ ਬੈਠੇ, ਕਹਿਣ ਦਾ ਭਾਵ ਉਹਨਾਂ ਦਾ ਇਹੀ ਹੈ। ਦੇਖੋ ਜੀ, ਉਹਨਾਂ ਦਾ ਮੁਕਾਬਲਾ ਸਾਡੇ ਨਾਲ ਨਹੀਂ, ਸੰਗਤ ਨਾਲ ਵਾ। ਸੰਗਤ ਦਾ ਫੈਸਲਾ ਸੀ, ਸੰਗਤ ਨੇ ਆਪਣਾ ਫੈਸਲਾ ਜਿਹੜਾ ਉਹ ਸਾਡੇ ਗਾੜੀ ਰੱਖਿਆ, ਅਸੀਂ ਸੰਗਤ ਦਾ ਫੈਸਲਾ ਮੰਨਿਆ। ਉਹਨਾਂ ਦਾ ਕਿਸੇ ਵੀ ਪਾਰਟੀ ਦਾ ਮੁਕਾਬਲਾ ਜਿਹੜਾ ਉਹ ਸੰਗਤ ਦੇ ਨਾਲ, ਸਾਡੇ ਨਾਲ ਕੋਈ ਨਹੀਂ, ਸੰਗਤ ਦਾ ਹੀ ਇਹ ਫੈਸਲਾ। ਪਤਾ ਜੀ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਬਿਆਨ ਜਿਹੜਾ ਹੈਗਾ ਕੱਲ੍ਹ ਤੋਂ ਆ ਰਿਹਾ ਹੈ ਕਿ ਬੀਜੇਪੀ ਜਿਹੜੀ ਹੈਗੀ ਆ ਲਾਸ਼ਾਂ ਦੇ ਉੱਤੇ ਰਾਜਨੀਤੀ ਕਰਦੀ ਹੈਗੀ ਹੈ, ਔਰ ਕੱਲ ਤੋਂ ਜਿਹੜਾ ਹੈਗਾ ਉਹ ਬਕਾਇਦਾ ਤੌਰ ਦੇ ਉੱਤੇ ਬੀਜੇਪੀ ਦੇ ਉੱਤੇ ਤੰਜ ਕੱਸਿਆ ਗਿਆ ਉਹਨਾਂ ਦੇ ਵੱਲੋਂ, ਤੁਸੀਂ ਆਪਣੇ ਤੌਰ ਦੇ ਉੱਤੇ ਕਿਵੇਂ ਦੇਖਦੇ ਹੋ, ਕਿਉਂਕਿ ਉਹ ਜਿਹੜਾ ਸ਼੍ਰੀਨਗਰ ਦੇ ਵਿੱਚ ਹਮਲਾ ਹੋਇਆ ਹੈਗਾ ਉਹਨੂੰ ਲੈ ਕੇ ਉਹਨਾਂ ਦਾ ਇਹ ਬਿਆਨ ਹੈਗਾ? ਦੇਖੋ, ਮੈਂ ਤੇ ਇੰਨਾ ਕਦੀ ਮਤਲਬ ਮਾਈਕ ਦੇ ਗਾੜੀ ਬੋਲਣਾ ਨਹੀਂ, ਬਾਕੀ ਇਹ ਜੋ ਵੀ ਫੈਸਲਾ ਵਾ ਇਹ ਸੰਗਤ ਦਾ ਵਾ ਤੇ ਸੰਗਤ ਹੀ ਇਹਦਾ ਜਵਾਬ ਦੇਊਗੀ, ਮੈਂ ਤੇ ਇੰਨਾ ਕੋਈ ਖਾਸ ਦੇ ਨਹੀਂ ਸਕਦਾ। ਠੀਕ ਹੈ, ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਭਾਈ ਸਾਹਿਬ ਦੇ ਸਪੋਰਟ ਦੇ ਵਿੱਚ ਕਾਫੀ ਜਦੋਂ ਦਾ ਜੋ ਵੀ ਕਹਿ ਸਕਦੇ ਹਾਂ ਕਿ ਸ਼ੁਰੂਆਤ ਦੇ ਵਿੱਚ ਜਾਂ ਬਾਅਦ ਚ ਵੀ ਨਾਲ ਨਾਲ ਚੱਲਦੇ ਹੋਏ ਦਿਖਾਈ ਦਿੰਦੇ ਸੀਗੇ, ਲੇਕਿਨ ਜਿਉਂ ਇਹ ਚੋਣਾਂ ਦੀ ਗੱਲ ਆਈ ਔਰ ਮਾਹੌਲ ਬਦਲ ਗਿਆ, ਅੱਜ ਉਹੀ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਬਲਟੋਹਾ ਜਿਹੜੇ ਨੇ ਉਹ ਕਿਤੇ ਨਾ ਕਿਤੇ ਪੱਖ ਦੀ ਬਜਾਏ ਜਿਹੜਾ ਹੈਗਾ ਵਿਰੋਧ ਦੇ ਉੱਤੇ ਕਹਿ ਸਕਦੇ ਹਾਂ ਕਿ ਸਿੱਧੇ ਤੌਰ ਦੇ ਉੱਤੇ ਚੈਲੰਜ ਕਰਦੇ ਹੋਏ ਨਜ਼ਰ ਆ ਰਹੇ। ਦੇਖੋ, ਸਾਡੀ ਪਹਿਲੇ ਵੀ ਕਿਸੇ ਪਾਰਟੀ ਨਾਲ ਇੱਡੀ ਕੋਈ ਸਹਿਮਤੀ ਨਹੀਂ ਸੀ, ਮੋਰਚੇ 'ਚ ਖੁੱਲ੍ਹਾ ਸੱਦਾ ਸੀ, ਸੰਗਤ ਆਈ ਸੀ, ਵਿਰਸਾ ਸਿੰਘ ਬਲਟੋਹਾ ਇੱਕ ਦਿਨ ਮੋਰਚੇ 'ਚ ਮਿਲਣ ਜ਼ਰੂਰ ਆਏ ਸੀ, ਬਾਕੀ ਸਾਡੀ ਕਿਸੇ ਵੀ ਪਾਰਟੀ ਨਾਲ ਕੋਈ ਸਹਿਮਤੀ ਨਹੀਂ ਸੀ, ਇਸ ਕਰਕੇ ਅਸੀਂ ਆਜ਼ਾਦ ਹੀ ਖਲੋਤੇ ਹਾਂ, ਕਿਸੇ ਵੀ ਅਸੀਂ ਪਾਰਟੀ ਨਾਲ ਸਾਡੀ ਕੋਈ ਸਹਿਮਤੀ ਨਹੀਂ, ਨਾ ਅਕਾਲੀਆਂ ਨਾਲ, ਨਾ ਕਾਂਗਰਸ ਨਾਲ, ਨਾ ਕਿਸੇ ਨਾਲ ਵੀ। ਕੀ ਲੱਗਦਾ, ਬਾਰ ਬਾਰ ਜਿਹੜਾ ਉਹ ਡਿਬੇਟ ਦੀ ਗੱਲ ਕਰਦੇ ਆ ਕਿ ਡਿਬੇਟ ਕਰ ਲੈਣ, ਡਿਬੇਟ ਕਰ ਲੈਣ, ਕੀ ਇਹੋ ਜਿਹੀਆਂ ਗੱਲਾਂ ਜਿਹੜੀਆਂ ਅਕਾਲੀ ਦਲ ਨੂੰ ਲੱਗਦੀਆਂ, ਜਾਂ ਅਕਾਲੀ ਦਲ ਨੂੰ ਕਿਉਂ ਕਹਿਣਾ ਪੈ ਰਿਹਾ ਕਿ ਡਿਬੇਟ ਕਰ ਲੈਣ, ਜਦੋਂ ਉਹ ਕਹਿੰਦੇ ਕਿ ਸੰਗਤ, ਤੁਸੀਂ ਕਹਿੰਦੇ ਹੋ ਕਿ ਸੰਗਤ ਦੇ ਵਿੱਚ ਆਣ ਕੇ ਗੱਲ ਕਰ ਲੈਣਾ, ਉਹ ਕਹਿੰਦੇ ਹੈਗੇ ਆ ਕਿ ਇੱਕ ਬੰਦਾ ਪਰਿਵਾਰ ਦੇ ਕੋਲੋਂ ਥਾਪੜਾ ਲੈ ਕੇ ਆ ਜਾਏ, ਜਿਹਨੂੰ ਉਹ ਥਾਪੜਾ ਦੇ ਕੇ ਭੇਜਣਗੇ, ਅਸੀਂ ਉਹਦੇ ਨਾਲ ਬਹਿ ਕੇ ਇੱਕ ਉਹ ਆਏ ਨੇ ਕਿ ਮੈਂ ਬੈਠੂੰਗਾ, ਇੱਕ ਟੀਵੀ ਚੈਨਲ ਹੋਊਗਾ ਤੇ ਡਿਬੇਟ ਆਪਾਂ ਕਰ ਲਾਂਗੇ, ਤੇ ਜੇ ਉਹ ਕਹਿੰਦੇ ਕਿ ਜੇ ਮੈਂ ਇਸ ਦੇ ਵਿੱਚ ਗਲਤ ਹੋਇਆ ਤਾਂ ਝੂਠਾ ਹੋਇਆ ਤਾਂ ਮੈਂ ਸੀਟ ਛੱਡ ਦੂੰਗਾ। ਦੇਖੋ, ਉਹਨਾਂ ਦਾ ਤਾਂ ਹੁਣ ਕੰਮ ਹੀ ਝੂਠ ਬੋਲਣਾ, ਝੂਠ ਦੇ ਉੱਤੇ ਉਹ ਸਾਰੇ ਕੰਮ ਕਾਰ ਕਰ ਰਹੇ ਆ, ਅਸੀਂ ਇੱਕ ਸੱਚੇ ਰਾਹ ਤੇ ਚੱਲੇ ਆ, ਗੁਰੂ ਮਹਾਰਾਜ ਦਾ ਵੋਟ ਆਸਰਾ ਲੈ ਕੇ ਚੱਲੇ ਆ, ਜੇ ਉਹਨੇ ਡਿਬੇਟ ਕਰਨੀ ਸੰਗਤ 'ਚ ਬਹਿ ਕੇ ਕਰੇ, ਸੰਗਤ ਇਹਦਾ ਜਵਾਬ ਦਊਗੀ, ਸੰਗਤ ਦੇ ਵੀ ਰਹੀ ਕਮੈਂਟਾਂ 'ਚ ਉਹਨਾਂ ਨੂੰ ਜਵਾਬ ਦੇ ਵੀ ਰਹੀ, ਡਿਬੇਟ ਸਾਡੇ ਨਾਲ ਉਹਨੇ ਕਾਹਦੀ ਕਰਨੀ, ਸਾਡੀ ਕੋਈ ਉਹਦੇ ਨਾਲ ਸਹਿਮਤੀ ਨਹੀਂ ਹੋਈ, ਨਾ ਅਸੀਂ ਕੋਈ ਉਹਨੂੰ ਕੋਈ ਉਹਦੀ ਹਮਦਰਦੀ ਜਿਤਾਈ ਵੀ, ਤੂੰ ਖਲੋ ਸਾਡੇ ਅਨਾਊਂਸ ਕਰਨ ਤੋਂ ਬਾਅਦ ਉਹਨੇ 3 ਦਿਨ ਅਨਾਊਂਸ ਕੀਤਾ, ਸਾਨੂੰ ਤੇ ਇਹ ਸੀ ਕਿ ਜਦੋਂ ਅੰਮ੍ਰਿਤਪਾਲ ਸਿੰਘ ਆਜ਼ਾਦ ਖਲੋ ਗਿਆ, ਅਕਾਲੀ ਦਲ ਆਪਣੇ ਮਤਲਬ ਕੋਈ ਕੈਂਡੀਡੇਟ ਨਹੀਂ ਉਤਾਰਨਗੇ, ਜੇ ਅਕਾਲੀ ਦਲ ਆਪਣੀ ਇੱਜ਼ਤ ਬਚਾਉਣੀ ਚਾਹੁੰਦਾ ਚਾਹੇ ਬਣਾਉਣੀ ਚਾਹੁੰਦੇ, ਇਹਨਾਂ ਨੂੰ ਕੋਈ ਕੈਂਡੀਡੇਟ ਉਤਾਰਨਾ ਹੀ ਨਹੀਂ ਚਾਹੀਦਾ ਬਰਾਬਰ ਤੇ। ਵਿਰਸਾ ਸਿੰਘ ਬਲਟੋਹਾ ਦਾ ਕਹਿਣਾ ਹੈਗਾ ਕਹਿੰਦੇ ਜੀ ਸਾਡੇ ਨਾਲ ਕੋਈ ਵਿਚਾਰ ਵਟਾਂਦਰਾ ਨਹੀਂ ਕੀਤਾ ਗਿਆ, ਕਿਉਂਕਿ ਜਾਂ ਤਾਂ ਫਿਰ
ਕਹਿੰਦੇ ਜਦੋਂ ਸੀਟ ਦੀ ਗੱਲ ਸੀਗੀ ਉਹ ਇਹਦੇ ਵਿੱਚ ਕੋਈ ਵੀ ਇਹਨਾਂ ਨੇ ਗੱਲਬਾਤ ਨਹੀਂ ਕਰਨੀ ਚਾਹੀਦੀ ਜਾਂ ਫਿਰ ਸਾਡੇ ਨਾਲ ਇਹ ਜਿਹਨੂੰ ਕਹਿੰਦੇ ਹੁੰਦੇ ਆ ਕਿ ਸਹਿਮਤੀ ਨਹੀਂ ਬਣਾਈ ਗਈ ਸੀਟ ਦੇ ਉੱਤੇ ਲੜਨ ਤੋਂ ਪਹਿਲਾਂ। ਵੇਖੋ ਅਸੀਂ ਕਿਸੇ ਨਾਲ ਵੀ ਸਹਿਮਤੀ ਨਹੀਂ ਬਣਾਈ, ਅਸੀਂ ਆਜ਼ਾਦ ਚੋਣ ਉਮੀਦਵਾਰ ਖੜਨਾ ਸੀ, ਆਜ਼ਾਦ ਸੰਗਤ ਨੇ ਕਿਹਾ ਆਜ਼ਾਦ ਅਸੀਂ ਕਰਕੇ, ਸੰਗਤ ਦਾ ਫੈਸਲਾ ਸੀ, ਸੰਗਤ ਦੀ ਸਲਾਹ ਨਾਲ ਆਜ਼ਾਦ ਕਰੀ, ਕਿਸੇ ਪਾਰਟੀ ਨਾਲ ਸਾਡੀ ਕੋਈ ਸਹਿਮਤੀ। ਅੱਜ ਪੈਦਲ ਮਾਰਚ ਹੋ ਰਿਹਾ, ਸੰਗਤ ਦਾ ਪਿਆਰ ਕਿਵੇਂ ਕਹਿੰਦੇ? ਅੱਜ ਅਸੀਂ ਕਿਹਾ ਤੁਹਾਨੂੰ ਫੋਟੋ ਜੀ, ਸੰਗਤ ਦਾ ਪਿਆਰ ਦਿਸ ਰਿਹਾ, ਦੱਸਣ ਦੀ ਤਾਂ ਲੋੜ ਹੀ ਨਹੀਂ, ਸੰਗਤਾਂ ਦਾ ਪਿਆਰ ਤੇ ਜਿੱਦਾਂ ਤੋਂ ਵਿਚਰ ਰਹੇ ਇੱਦਾਂ ਹੀ ਸਾਰੀਆਂ ਸੰਗਤਾਂ ਦਾ ਪਿਆਰ ਦਿਸ ਰਿਹਾ।